ਸਵਾਗਤ ਹੈ ਤੁਹਾਡਾ ਦੇਸ਼ ਵਿਦੇਸ਼ ਦੀਆਂ ਸਭ ਤੋਂ ਪਹਿਲਾਂ ਖਬਰਾਂ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਤਾਂ ਕਿ ਹਰ ਇੱਕ ਅਪਡੇਟ ਤੁਹਾਡੇ ਤੱਕ ਅਸੀਂ ਪਹੁੰਚਾਈਏ ਪੂਰੇ ਭਾਰਤ ਦੀਆਂ ਪੰਜਾਬ ਦੀਆਂ ਜਿੰਨੀਆਂ ਵੀ ਵੱਧ ਤੋਂ ਵੱਧ ਬ੍ਰੇਕਿੰਗ ਨਿਊਜ਼ ਨੇ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ 2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਵੱਲੋਂ ਲੜਨਗੇ ਨਵਜਤ ਸਿੱਧੂ ਇੱਕ ਮੰਤਰੀ ਨੇ ਦਿੱਤਾ ਬਿਆਨ ਕਿਸਾਨਾਂ ਲਈ ਖੁਸ਼ਖਬਰੀ ਸਿਰਫ 20 ਰੁਪਏ 'ਚ ਪ੍ਰਾਲੀ ਦਾ ਪੱਕਾ ਬੰਦੋਬਸਤ ਫਸਲਾਂ ਦਾ ਝਾੜ ਵੀ ਵਧੇਗਾ ਪੰਜਾਬ 'ਚ 598 ਸਰਕਾਰੀ ਨੌਕਰੀਆਂ ਨੋਟੀਫਿਕੇਸ਼ਨ ਜਾਰੀ 20 ਅਕਤੂਬਰ ਤੱਕ ਆ ਜਿਹੜੀ ਅੰਤਮ ਤਰੀਕਾ ਉਸ ਤੋਂ ਪਹਿਲਾਂ ਪਹਿਲਾਂ ਤੁਸੀਂ ਅਪਲਾਈ ਕਰਨਾ ਹੈ ਜਿਹਦੇ ਵਿੱਚ ਕੀ 598 ਸਟਾਫ ਨਰਸਾਂ ਦੀਆਂ ਪੋਸਟਾਂ ਨੇ bfuhs.ac.in ਤੇ ਜਾ ਕੇ ਅਪਲਾਈ ਕਰ ਸਕਦੇ ਹੋ ਕਿਸਾਨ ਅੰਦੋਲਨ ਨੇ ਲੈ ਨਮਾ ਮੋੜ ਗੁਰੂ ਸਰ ਦਾ ਵੱਡਾ ਫੈਸਲਾ ਪੰਜਾਬ ਦੇ ਦੂਜੇ ਪਿੰਡਾਂ ਨੂੰ ਵੀ ਕਿਹਾ ਕਿ ਨਹੀਂ ਵੜਨਦੇ ਨੇ ਮੰਤਰੀ ਹੁਣ ਪੱਕੀ ਨੌਕਰੀ ਵੀ ਹੋ ਸਕਦੀ ਹੈ ਤੁਹਾਡੀ ਕੰਟਰੈਕਟ ਬੇਸ ਤੇ ਕੰਪਨੀ ਦੇ ਸੌਦੇ ਮੁਤਾਬਕ ਜਿਹੜੇ ਨਵੇਂ ਬਿਲ ਪਾਸ ਹੋਏ ਨੇ ਸਰਕਾਰੀ ਨੌਕਰੀ ਵੀ ਤੁਹਾਡੀ ਹੈ ਜਿਹੜੀ ਉਹ ਹੋ ਸਕਦੀ ਹੈ ਜੀ ਪ੍ਰਾਈਵੇਟ ਜਾਨੀ ਕਿ ਕੰਟਰੈਕਟ ਪੰਜਾਬ ਚ ਹੁਣ 8 ਅਕਤੂਬਰ ਤੱਕ ਜਾਰੀ ਰਹੇਗਾ ਰੇਲ ਰੋਕੋ ਅੰਦੋਲਨ 15 ਦਿਨਾਂ ਚ ਪ੍ਰਾਲੀ ਨੂੰ ਖਾਚ ਬਦਲਣ ਵਾਲੀ ਦਵਾਈ ਦੀ ਹੋਈ ਖੋਜ ਦੀਪਸਦੂ ਵੱਲੋਂ ਲੱਖਾਂ ਸਿਧਾਨਾਂ ਬਾਰੇ ਵੱਡਾ ਦਾਵਾ ਕਿਸਾਨਾਂ ਦੇ ਹੱਕ ਚ ਡਟਾ ਇੱਕਲਾ ਘਰ ਖੇਤੀ ਕਾਨੂੰਨ ਖਿਲਾਫ ਪ੍ਰਦਰਸ਼ਨ ਕਰ ਰਿਹਾ ਕਿਸਾਨ ਆਗੂ ਦੀ ਹੋਈ ਮੌਤ ਹੁਣ ਨਹੀਂ ਲਾਉਣੇ ਪੈਣਗੇ ਥਾਣੇ ਚੱਕਰ ਸੇਵਾ ਕੇਂਦਰਾਂ ਤੇ ਹੋਣਗੇ ਪਾਸਪੋਰਟ ਤੇ ਵੈਰੀਫਿਕੇਸ਼ਨ ਦਾ ਝੰਜਟ ਖਤਮ ਹੋਰ ਵੀਡੀਓ ਅਪਡੇਟ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਵੱਧ ਤੋਂ ਵੱਧ ਕਰੋ ਥੈਂਕ ਯੂ